ਅਬ ਨੈਕਸਟ ਹੈ ਬੋਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਕਵਿਤਾ ਲਿਖਣ ਵਾਲਾ ਕਵੀ ਕਵਿਤਾ ਲਿਖਣ ਵਾਲੇ ਨੂੰ ਕੀ ਕਹਿੰਦੇ ਨੇ ਕਵੀ ਕਹਾਣੀ ਲਿਖਣ ਵਾਲਾ ਕਹਾਣੀਕਾਰ ਠੀਕ ਹੈ ਪਿੰਡ ਦਾ ਰਹਿਣ ਵਾਲਾ ਪਿੰਡੂ ਪਿੰਡੂ ਸ਼ੇਅਰ ਦਾ ਰਹਿਣ ਵਾਲਾ ਸ਼ੇਰੀ ਠੀਕ ਹੈ ਐਸੇ ਆਪਣੇ ਯਾਦ ਕਰਨਾ ਹੈ ਜਿਹੜਾ ਪੜਿਆ ਨਾ ਹੋਵੇ ਅਨਪੜ ਅਨਪੜ ਚੰਗੇ ਆਚਰਨ ਵਾਲਾ ਸਦਾਚਾਰੀ ਦੁਬਾਰਾ ਦੇਖੋ ਜਿਹੜਾ ਕਵਿਤਾ ਲਿਖਦਾ ਉਸ ਨੂੰ ਕੀ ਕੰਦੇ ਹਨ ਕਵੀ ਔਰ ਜਿਹੜਾ ਕਹਾਣੀ ਲਿਖਦਾ ਹੈ ਕਹਾਣੀਕਾਰ ਜਿਹੜਾ ਪਿੰਡ ਵਿੱਚ ਰਹਿੰਦਾ ਉਹਨੂੰ ਪਿੰਡੂ ਕੰਦੇ ਹਨ ਤੇ ਜਿਹੜਾ ਸ਼ਹਿਰ ਵਿੱਚ ਰਹਿੰਦਾ ਉਹਨੂੰ ਸ਼ਹਿਰੀ ਕੰਦੇ ਹਨ ਜਿਹੜਾ ਪੜਿਆ ਨਹੀਂ ਹੁੰਦਾ ਉਹਨੂੰ ਅਨਪੜ ਕੰਦੇ ਹਨ ਤੇ ਚੰਗੇ ਆਚਰਨ ਵਾਲੇ ਨੂੰ ਸਦਾਚਾਰੀ ਕੰਦੇ ਹਨ ਠੀਕ ਹੈ ਚੰਗੇ ਆਚਰਨ ਵਾਲੇ ਨੂੰ ਸਦਾਚਾਰੀ ਕੰਦੇ ਅਬ ਅਗੇ ਦੇਖੋ ਵਾਕ ਬਣਾਣੇ ਹਨ ਆਰੰਭ ਸਾਡੀ ਪ੍ਰੀਖਿਆ ਆਰੰਭ ਹੋ ਗਈ ਹੈ ਠੀਕ ਹੈ ਸ਼ਰਧਾਲੂ ਗੁਰੂ ਨਾਨਕ ਦੇਵ ਜੀ ਦੇ ਸੈਂਕਰਾਂ ਸ਼ਰਧਾਲੂ ਸੰ ਸੈਂਕਰਾਂ ਸ਼ਰਦਾਲੂ ਸੰ ਲੁਕਾਈ ਲੁਕਾਈ ਨੂੰ ਹਰ ਕੋਈ ਖੁਸ਼ ਨਹੀਂ ਕਰ ਸਕਦਾ ਮਹਾਨ ਸਰਦਾਰ ਭਗਤ ਸਿੰਘ ਇੱਕ ਮਹਾਨ ਦੇਸ਼ ਭਗਤ ਸਨ ਠੀਕ ਹੈ ਤਾਂ ਇਹ ਵਾਕ ਆਪਨੇ ਐਸੇ ਬਣਾਉਣੇ ਹਨ ਹਰਗੇਜ ਸਾਨੂੰ ਹਰਗੇਜ ਝੂਠ ਨਹੀਂ ਬੋਲਣਾ ਚਾਹੀਦਾ ਸਾਨੂੰ ਕਦੀ ਝੂਠ ਨਹੀਂ ਬੋਲਣਾ ਚਾਹੀਦਾ ਹਰਗੇਜ ਝੂਠ ਨਹੀਂ ਬੋਲਣਾ ਚਾਹੀਦਾ उत्तर सुरिंदर ने मेरे पत्र का उत्तर नहीं दिता तो ऐसे आपने ये वाक भी बनाने हैं पहले अच्छी तरह लर्न कर लो और फिर अपने आप लिखो लेकिन लिखने वक्त एक बात याद रखनी है कि कोई मात्राओं की गलती ना हो जैसे सैकड़ाओं पर बिंदी यहाँ पे भी दो बार बिंदी आनी है तो इन बातों का हरगिज़ में जज्जे बड़ी बिंदी आनी है इन बातों का ज़्यादा आपने ध्यान रखना है ठीक है